ਮੋਟਰਸਾਈਕਲ ਤੇ ਸਵਾਰ ਹੋ ਕੇ ਘਰੋਂ ਬਾਹਰ ਨਿਕਲੇ ਤਿੰਨ ਦੋਸਤ, ਜਿਨ੍ਹਾਂ ਨੂੰ ਸ਼ਾਇਦ ਪਤਾ ਨਹੀਂ ਸੀ ਕਿ ਘਰ ਦੇ ਬਾਹਰ ਹੀ ਮੌਤ ਉਹਨਾਂ ਦਾ ਇੰਤਜ਼ਾਰ ਕਰ ਰਹੀ ਹੈ। ਤਸਵੀਰਾਂ ਕੁਝ ਅਜਿਹੀਆਂ ਜਿਨ੍ਹਾਂ ਨੂੰ ਦੇਖ ਕਿਸੇ ਦੀ ਰੂਹ ਤੱਕ ਕੰਬ ਜਾਏ। ਐਕਸੀਡੈਂਟ ਦਾ ਮੰਜ਼ਰ ਇੰਨਾ ਭਿਆਨਕ ਕਿ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ। ਲੁਧਿਆਣਾ ਦੇ ਨਿਊ ਮਾਧੋਪੁਰੀ ਕਲੋਨੀ ਦੇ ਤਿੰਨ ਦੋਸਤ ਜਦੋਂ ਘਰ ਮੋਟਰਸਾਈਕਲ ਤੇ ਸਵਾਰ ਹੋ ਟਿਊਸ਼ਨ ਲਈ ਨਿਕਲੇ ਤਾਂ ਘਰ ਦੇ ਬਾਹਰ ਹੀ ਇੱਕ ਤੇਜ਼ ਰਫ਼ਤਾਰ ਟਰੱਕ ਦੀ ਚਪੇਟ ਵਿੱਚ ਆ ਗਏ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜਿਸ ਤੋਂ ਗੁੱਸਾਏ ਪਰਿਵਾਰਕ ਮੈਂਬਰਾਂ ਅਤੇ ਹੋਰਨਾਂ ਲੋਕਾਂ ਨੇ ਲੁਧਿਆਣਾ ਦਿੱਲੀ ਕੌਮੀ ਸ਼ਾਹਮਾਰਗ ਜਾਮ ਕਰ ਦਿੱਤਾ। ਹੁਣ ਤਿੰਨੋਂ ਮੁੰਡੇ ਜਾ ਰਹੇ ਸੀ ਸਕੂਲੋਂ ਤੇ ਫਿਰ ਉਹ ਗੱਡੀ ਵਾਲਾ ਇਤਨੀ ਸਪੀਡ ਆ ਰਿਹਾ ਸੀਗਾ, ਉਹਨੇ ਮਾਰਿਆ ਵੱਜ ਤੇ ਇਹਨਾਂ ਨੇ ਫਿਰ ਗੱਡੀ ਨੂੰ ਆਪਾਂ ਤੋੜ ਫੋੜ ਕੀਤੀ ਆ। ਕਿਹੜੀ ਕਲਾਸ ਪੜ੍ਹਦੇ ਸੀਗੇ? ਇਹ ਆਪਣੀ 10ਵੀਂ ਕਲਾਸ ਦੇ ਇੱਕ ਮੁੰਡਾ। ਤਿੰਨੋਂ ਹੀ ਮੁੰਡੇ 10ਵੀਂ ਕਲਾਸ ਦੇ ਹੀ ਆ? ਤਿੰਨੋਂ ਦੋਸਤ ਸੀਗੇ? ਹਾਂਜੀ ਹਾਂਜੀ, ਤਿੰਨੋਂ ਦੋਸਤ ਹੀ ਸੀਗੇ, ਰੋਜ਼ ਹੀ ਇਕੱਠੇ ਹੀ ਜਾਂਦੇ ਸੀਗੇ। ਨਿਊ SDS ਨਿਊ SDS ਨਿਊ SDS ਗਲੀ ਨੰਬਰ 13 ਆਪਣਾ 13 ਨੰਬਰ। ਗੱਡੀ ਆ ਰਹੀ ਸੀ ਇਤਨੀ ਸਪੀਡ ਨਾਲ ਗੱਡੀ ਆ ਰਹੀ ਸੀਗੀ, ਉਹਨੇ ਹਾਰਨ ਨਾ ਮਾਰਿਆ, ਇਤਨੀ ਸਪੀਡ ਨਾਲ ਆ ਰਹੀ ਸੀ, ਉਹਨੇ ਸਿੱਧੇ ਹੀ ਮਾਰਿਆ ਵਿਚਕਾਰ। ਹੁਣ ਤੇ ਦੋ ਮੁੰਡੇ ਦੇ ਨਾਲ ਹੀ ਮਰ ਗਏ, ਇੱਕ ਮੁੰਡੇ ਨੂੰ ਉਹਦੀ ਪੈਰ ਕੱਟ ਗਈ, ਉਹਨੂੰ ਆਪਾਂ CMC ਭੇਜੇ ਹੋਏ ਹਾਂ, ਹੁੰਦਾ ਵੀ ਬਚਣ ਦਾ ਕੋਈ ਚਾਂਸ ਨਹੀਂ ਹੈਗਾ ਵਾ। ਪੀੜਤ ਪਰਿਵਾਰਾਂ ਦਾ ਦੋਸ਼ ਹੈ ਕਿ ਪੁਲਿਸ ਨੇ ਡਰਾਈਵਰ ਨੂੰ ਮੌਕੇ ਤੋਂ ਪਹੁੰਚਾਉਣ ਵਿੱਚ ਮਦਦ ਕੀਤੀ ਹੈ ਅਤੇ ਜਦੋਂ ਉਹਨਾਂ ਇਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਤਾਂ ਪੁਲਿਸ ਨੇ ਉਲਟਾ ਉਹਨਾਂ ਤੇ ਹੀ ਲਾਠੀਚਾਰਜ ਕਰ ਦਿੱਤਾ। ਇਹ ਮੇਰਾ ਭਾਂਜਾ ਸੀਗਾ, ਸਕੂਲੋਂ ਜਾ ਰਿਹਾ ਸੀ, ਇਹਨਾਂ ਨੇ ਕੀ ਕੀਤਾ, ਗੱਡੀ ਟਰੱਕ ਚੜਾ ਦਿੱਤਾ, ਉਹ ਤਿੰਨ ਬੰਦੇ ਹੈਗੇ ਸੀ, ਉਹ ਤਿੰਨ ਤਾਂ ਡੈਡ ਹੋ ਗਏ ਜੀ, ਬਾਕੀ ਅਸੀਂ GT ਰੋਡ ਜਾਮ ਕੀਤਾ ਸੀ। ਹਾਂ, ਉਹਦੀ ਵੀ ਡੈਡ ਹੋ ਗਈ ਜੀ। ਹਾਂਜੀ, ਅਸੀਂ GT ਰੋਡ ਜਾਮ ਕੀਤਾ ਸੀ ਇਹਦਾ ਕੋਈ ਹੱਲ ਕੱਢਣ ਲਈ, ਜੇ ਤਾਂ ਕੋਈ ਹੱਲ ਕੱਢੇ ਤਾਂ ਅਸੀਂ ਇੱਥੋਂ ਇੱਥੇ ਜਾਈ ਅਸੀਂ ਇੱਥੇ ਖੜਨ ਨੂੰ ਨਹੀਂ ਆਏ, ਪਰ ਇਹਨਾਂ ਨੇ ਪੁਲਿਸੀਏ ਨੇ ਸਾਡੇ ਉੱਪਰ ਲਾਠੀਚਾਰਜ ਕੀਤਾ, ਸਾਨੂੰ ਮਾਰਿਆ ਗਿਆ ਭਜਾਇਆ ਗਿਆ ਸਮਝੀਏ। ਹਾਂ, ਉੱਪਰੋਂ ਤਾਂ ਅਸੀਂ ਤਿੰਨ ਲਾਸਾਂ ਗਏ, ਨਾਲੇ ਉੱਪਰੋਂ ਅਸੀਂ ਡੰਡੇ ਵੀ ਖਾਏ ਜੀ। ਨਹੀਂ, ਲਾਸ ਤਾਂ ਚੱਕਦੀ ਹੈ ਨਹੀਂ ਜੀ, ਪੁਲਿਸ ਲਾਸ ਨਹੀਂ ਚੱਕਦੀਆਂ, ਸਾਨੂੰ ਉਲਟੇ ਹੀ ਡੰਡੇ ਹੀ ਪਤਾ ਨਹੀਂ। ਉਹ ਅਸੀਂ GT ਰੋਡ ਜਾਮ ਕੀਤਾ ਹੋਇਆ ਅੰਮ੍ਰਿਤਸਰ। ਹਾਂਜੀ, ਮਤਲਬ ਐਸਾ ਹੱਲ ਕੋਈ ਕੱਢਣ ਦੋ, ਹੱਲ ਨਿਕਲੇ ਉਸ ਤੋਂ ਬਾਅਦ ਅਸੀਂ ਖਾਲੀ ਕਰਦੇ ਨੇ, ਮੇਨ ਸਾਡਾ ਮਕਸਦ ਇਹੀ ਹੈ। ਉਧਰ ਪੁਲਿਸ ਅਧਿਕਾਰੀਆਂ ਨੇ ਪੀੜਤ ਪਰਿਵਾਰ ਨੂੰ ਦੋਸ਼ੀ ਡਰਾਈਵਰ ਖਿਲਾਫ ਜਲਦ ਤੋਂ ਜਲਦ ਕਾਰਵਾਈ ਦਾ ਭਰੋਸਾ ਦਵਾਇਆ ਹੈ। ਅਭੀ ਦੋ ਲੋਕਾਂ ਕੀ ਡੈਥ ਹੋਈ ਹੈ ਟਰੱਕ ਕੇ ਸਾਥ ਐਕਸੀਡੈਂਟ ਕੇ ਬਾਅਦ, ਟਰੱਕ ਪੁਲਿਸ ਕੀ ਕਸਟਡੀ ਮੈਂ ਹੈ, ਡਰਾਈਵਰ ਭਾਗ ਗਿਆ, ਉਸਕੋ ਟ੍ਰੇਸ ਕਰਕੇ ਉਸਕੋ ਅਰੈਸਟ ਕਰ ਰਹੇ। ਜੋ ਤੀਸਰਾ ਆਦਮੀ ਬੱਚਾ ਥਾ ਜੋ CMC ਮੇਂ ਬਤਾਇਆ, ਉਸਕੀ ਵੀ ਮੌਤ ਹੋਈ ਹੈ, ਸੂਤਰ ਕੋਈ ਪ੍ਰਾਪਤ ਹੋਈ ਹੈ? ਉਸਕੋ ਅਪਡੇਟ ਕਰਕੇ ਆਪਕੋ ਬਤਾਏਂਗੇ, ਅਭੀ ਅਪਡੇਟ ਨਹੀਂ ਹੋ ਪਾਇਆ ਕਿਉਂਕਿ ਆਪ ਦੇਖ ਰਹੇ ਹੈਂ ਲਾਅ ਐਂਡ ਆਰਡਰ। ਟਰੱਕ ਵਾਲੇ ਕੀ ਕਿਆ ਕਿਆ ਮਾਮਲਾ? ਉਹਦਾ ਜੋ ਪਾਰਟ ਆਫ ਇਨਵੈਸਟੀਗੇਸ਼ਨ ਅਭੀ ਤੋ ਆਪ ਦੇਖ ਰਹੇ ਹੈਂ ਲਾਅ ਐਂਡ ਆਰਡਰ ਇਸ਼ੂ ਹੈ, ਉਸਕੇ ਬਾਅਦ ਮੈਂ ਇਨਵੈਸਟੀਗੇਟ ਕਰਕੇ। ਕਿਤਨੇ ਸਾਲ ਕੇ ਲੜਕੇ? ਅਭੀ ਦੇਖੀਏ, ਆਪ ਜਿਤਨਾ ਮਤਲਬ ਡਿਟੇਲਸ ਆਪਕੋ ਆਏ ਹੈ ਵੋ ਸਾਰੀ ਬਤਾਤੇ ਹੈਂਗੇ ਆਪਕੋ। ਕਿਆ ਡੇਟ ਕੋਈ ਖਾਨੇ ਦੇ ਰਹੇ ਹੈਂ ਪਰਿਜਨ ਇਨਕੇ ਸਾਥ? ਦ ਫੈਮਿਲੀ ਇਜ਼ ਕੋਆਪਰੇਟਿੰਗ, ਕੁਛ ਥੋੜਾ ਸਾ ਟ੍ਰਬਲ ਮੰਗਰਸ ਹੈ, ਤੋ ਅਭੀ ਜੋ ਵੀ ਐਪਰੋਪ੍ਰੀਏਟ ਪੁਲਿਸ ਐਕਸ਼ਨ ਹੈ ਵੋ ਲੈ ਕੇ ਔਰ ਜੋ ਅਗਲੀ ਕਾਰਵਾਈ ਹੋ ਉਹ ਕਰੇ। ਦੱਸ ਦਈਏ ਕਿ ਟਰੱਕ ਦੀ ਚਪੇਟ 'ਚ ਆਉਣ ਕਾਰਨ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ ਬਾਅਦ ਵਿੱਚ ਆਈ ਸੂਚਨਾ ਮੁਤਾਬਕ ਹਾਦਸੇ ਤੋਂ ਬਾਅਦ ਹਸਪਤਾਲ ਲਿਆਂਦੇ ਗਏ ਤੀਜੇ ਨੌਜਵਾਨ ਨੇ ਵੀ ਦਮ ਤੋੜ ਦਿੱਤਾ ਹੈ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।